ਵਿਸ਼ਵਾਸ ਨਹੀਂ ਹੋ ਰਿਹਾ ਮੈਂ ਤਾਂ ਅਸੀਂ ਕੰਮ ਕਰਨ ਦੇ 12:30 ਸਾਡੇ ਕੋਲ ਗਿਆ ਉਹ ਚਾਹ ਪੀ ਕੇ ਮੁੰਡਾ ਤੇ ਇੱਕ ਵਜੇ ਮੈਨੂੰ ਫੋਨ ਆਇਆ ਆਂਦਾ ਭਾਜੀ ਤੁਹਾਡਾ ਨਾਮ ਲੱਗਾ ਜੇ ਭਾਈ ਤੁਹਾਡਾ ਕਰੋੜ ਰੁਪਏ ਦਾ ਲੱਗ ਗਿਆ ਮੈਂ ਯਾਰ ਕਿਉਂ ਮਜ਼ਾਕ ਕਰਨ ਦਿਆ ਆਂਦਾ ਨਹੀਂ ਤੁਹਾਡਾ ਕਰੋੜ ਰੁਪਏ ਦਾ ਨਾਮ ਲੱਗ ਗਿਆ ਮੈਂ ਤੁਹਾਡੇ ਕੋਲ ਹੁਣੇ ਹੀ ਆ ਗਿਆ ਵਧੀਆ ਸਰਕਲ ਚੱਲਣ ਦਿਆ ਫਿਰ ਵੀ ਇਹ ਪੈਸੇ ਨੂੰ ਚਲੋ ਬੱਚਿਆਂ ਦੇ ਫਿਊਚਰ ਤੇ ਲਾਵਾਂਗੇ ਉਹਨਾਂ ਨੂੰ ਵਧੀਆ ਮਦਦ ਆਪਣੇ ਫੈਮਲੀ ਦੇ ਖਰਚਾਂਗੇ ਹੋਰ ਲੋੜਵੰਦ ਦੀ ਮਦਦ ਵੀ ਕਰਾਂਗੇ ਜੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਾਤਾਰ ਇੱਕ ਲੋਟਰੀ ਦੀ ਟਿਕਟ ਤੋਂ ਲੋਕ ਕਰੋੜਾਪਤੀ ਬਣ ਰਹੇ ਨੇ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤੇ 1.5 ਕਰੋੜ ਦੀ ਲੋਟਰੀ ਨਿਕਲੀ ਅੱਜ ਇੱਕ ਬੈਂਕ ਕਲਰਕ ਬੈਂਕ ਦੇ ਵਿੱਚ ਕਲਰਕ ਦੀ ਜੌਬ ਕਰਦੇ ਨੇ ਨੌਜਵਾਨ ਔਰ ਉਹਨਾਂ ਦੀ ਅੱਜ 1 ਕਰੋੜ ਦੀ ਲੋਟਰੀ ਨਿਕਲੀ ਨੇ ਔਰ ਇਸੇ ਸਟਾਲ ਦੀ ਗੱਲ ਕਰੀਏ ਜਿੱਥੋਂ ਬਟਾਲੇ ਦੇ ਸਟਾਲ ਤੋਂ ਵਿਕੀ ਆ ਉੱਥੇ ਵੀ ਇਸ ਲਗਾਤਾਰ 2 ਵੱਡੇ ਨਾਮ ਜਿਹੜੇ ਛੋਟੇ ਨਾਮ ਤਾਂ ਲਗਾਤਾਰ ਨਿਕਲਦੇ ਹੀ ਨੇ ਲੇਕਿਨ 2 ਵੱਡੇ ਨਾਮ ਨਿਕਲ ਚੁੱਕੇ ਨੇ ਇਸੇ ਸਟਾਲ ਤੋਂ ਖਰੀਦੀ ਹੋਈ ਲੋਟਰੀ ਦੀ ਟਿਕਟ ਪਿਛਲੇ ਸਾਲ ਵੀ ਇੱਕ ਨੌਜਵਾਨ ਨੂੰ ਕਰੋੜਪਤੀ ਬਣਾ ਗਈ ਔਰ ਅੱਜ ਵੀ ਇੱਕ ਬਟਾਲੇ ਦੇ ਹੀ ਰਹਿਣ ਵਾਲੇ ਔਰ ਬਡੇਰਾ ਬਾਬਾ ਨਾਨਕ ਦੇ ਵਿੱਚ ਬੈਂਕ ਦੇ ਵਿੱਚ ਇੱਕ ਜੌਬ ਕਰਦੇ ਨੌਜਵਾਨ ਨੂੰ ਕਰੋੜਪਤੀ ਬਣਾਇਆ ਆਪਾਂ ਗੱਲ ਕਰਦੇ ਹਾਂ ਪਹਿਲੇ ਹੀ ਰੁਪਿੰਦਰ ਜੀ ਜਿਹੜੇ ਲੋਟਰੀ ਵਿਨਰ ਨੇ 1 ਕਰੋੜ ਦੇ ਮਾਲਕ ਨੇ ਭਾਜੀ 1 ਕਰੋੜ ਦੀ ਟਿਕਟ ਨਿਕਲੀ ਹੈ ਹੁਣ ਤੇ ਕਰੋੜਪਤੀ ਬਣ ਗਏ ਹੋ ਕਿਵੇਂ ਦਾ ਇੱਕ ਬਹੁਤ ਵਧੀਆ ਮਹਿਸੂਸ ਹੋ ਰਿਹਾ ਮੈਂ ਆਪਣੇ ਪਰਮਾਤਮਾ ਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹਨੇ 1 ਕਰੋੜ ਰੁਪਏ ਲਾਟਰੀ ਸਾਡੀ ਝੋਲੀ ਪਾਈ ਆ ਇਹ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਜੀ ਇਹ ਭਾਜੀ ਲਗਾਤਾਰ ਹੀ ਪਾਉਂਦੇ ਹੋ ਸ਼ੌਂਕ ਵਜਾ ਕਿਦਾਂ ਮੈਨੂੰ 1.5 ਸਾਲ ਹੋ ਗਏ ਜਦੋਂ ਦੀ ਮੇਰੀ ਡਿਊਟੀ ਆਪਣੇ ਪੋਸਟਿੰਗ ਡੇਰਾ ਬਾਬਾ ਨਾਨਕ ਹੋਈ ਉਹ ਤੇ ਸਾਡੇ ਇੱਥੇ ਪਵਨ ਕੁਮਾਰ ਆ ਇੱਕ ਏਜੰਟ ਮੁੰਡਾ ਉਹ ਜਾਂਦੇ ਸਾਡੇ ਕੋਲ ਉੱਥੇ ਉਹਨੂੰ ਲਾਟਰੀ ਦੇ ਆਉਂਦੇ ਹੁੰਦੇ ਸੀ ਇਹ ਵੀ ਲਾਟਰੀ ਅੱਜ ਮੈਨੂੰ 12 ਵਜੇ ਉਹਨਾਂ ਦਿੱਤੀ ਆ ਤੇ 1 ਵਜੇ ਦਾ ਰਿਜ਼ਲਟ ਮੈਨੂੰ ਉਹਨਾਂ ਦੱਸਿਆ ਵੀ ਤੁਹਾਡੀ ਲਾਟਰੀ ਨਿਕਲ ਆਈ ਆ ਤੇ 12 ਵਜੇ ਟਿਕਟ ਖਰੀਦੀ ਕਿੰਨੇ ਪੈਸੇ ਖਰਚੇ ਸੀ ਉਹ 150 ਰੁਪਈਆ ਜੀ 150 ਰੁਪਏ ਦੇ ਵਿੱਚ 1 ਕਰੋੜ ਦਾ ਹਾਂਜੀ ਭਾਜੀ ਵਿਸ਼ਵਾਸ ਤੇ ਮੈਨੂੰ ਲੱਗਦਾ ਵਿਸ਼ਵਾਸ ਨਹੀਂ ਹੋ ਰਿਹਾ ਮੈਂ ਤਾਂ ਅਸੀਂ ਕੰਮ ਕਰਨ ਦੇ 12:30 ਸਾਡੇ ਕੋਲ ਗਿਆ ਉਹ ਚਾਹ ਪੀ ਕੇ ਮੁੰਡਾ ਤੇ 1 ਵਜੇ ਮੈਨੂੰ ਫੋਨ ਆਇਆ ਆਂਦਾ ਭਾਜੀ ਤੁਹਾਡਾ ਨਾਮ ਲੱਗਾ ਜੇ ਮੈਂ ਸ਼ਾਇਦ ਕੋਈ ਲੱਗਾ ਹੋਊ 200-400 ਦਾ ਤੇ ਉਹ ਮੁੜ ਕੇ ਆਂਦਾ ਨਹੀਂ ਭਾਜੀ ਤੁਹਾਡਾ 1 ਕਰੋੜ ਰੁਪਏ ਦਾ ਲੱਗ ਗਿਆ ਮੈਂ ਯਾਰ ਕਿਉਂ ਮਜ਼ਾਕ ਕਰਨ ਦਿਆਂ ਆਂਦਾ ਨਹੀਂ ਤੁਹਾਡਾ 1 ਕਰੋੜ ਰੁਪਏ ਨਾਮ ਲੱਗ ਗਿਆ ਮੈਂ ਤੁਹਾਡੇ ਕੋਲ ਹੁਣੇ ਹੀ ਆ ਗਿਆ ਉਹਨੇ ਆਣ ਕੇ ਫਿਰ ਉਹਨੂੰ ਰਿਜ਼ਲਟ ਦਿਖਾਇਆ ਫਿਰ ਯਕੀਨ ਹੋਇਆ ਅਸੀਂ ਤਾਂ ਘਰੇ ਦੱਸਿਆ ਉਹ ਮੰਨਣ ਹੀ ਕੋਈ ਨਹੀਂ ਡਿਆ ਵੀ ਤੁਹਾਡਾ ਨਾਮ ਲੱਗ ਗਿਆ ਜਿਵੇਂ ਤੁਸੀਂ ਦੱਸਦੇ ਪਏ ਹੋ ਕਿ ਉੱਥੇ ਬੈਠੇ ਹੀ ਖਰੀਦੀ ਤੇ ਪਹਿਲੇ ਵੀ ਜਿਵੇਂ ਖਰੀਦੇ ਹੋਵੋਗੇ ਤੇ ਪਹਿਲੇ ਕਦੀ ਨਾਮ ਲੱਗਾ ਸੀ ਪਹਿਲੇ ਨਿੱਕੇ ਲੱਗਦੇ ਰਹਿੰਦੇ ਸੀ ਕੋਈ 200-400 ਹਜ਼ਾਰ ਤੱਕ ਲੱਗਦੇ ਰਹਿੰਦੇ ਸੀ ਡੇਲੀ ਮਤਲਬ ਇੱਕ ਦੂਜੇ ਤੀਜੇ ਦਿਨ ਲੱਗ ਜਾਂਦਾ ਹੁੰਦਾ ਛੋਟਾ ਨਾਮ ਕੋਈ ਨਾ ਕੋਈ ਤੇ ਹੁਣ ਪਰਿਵਾਰ ਦੇ ਵਿੱਚ ਵੀ ਅਜੇ ਪਹੁੰਚਣਾ ਅਜੇ ਪਰਿਵਾਰ ਨੂੰ ਹਾਂਜੀ ਹਾਂਜੀ ਪਰਿਵਾਰ ਮੈਂ ਡਿਊਟੀ ਤੋਂ ਹੀ ਆ ਰਿਹਾ ਭਾਈ ਸਿੱਧਾ ਜੀ ਕਿਵੇਂ ਪਰਿਵਾਰ ਦਾ ਕੀ ਰਿਐਕਸ਼ਨ ਸੀ ਫੋਨ ਤੇ ਪਰਿਵਾਰ ਨੂੰ ਜੇ ਦੱਸਿਆ ਉਹ ਤਾਂ ਮੰਨਣ ਹੀ ਨਹੀਂ ਰਹੇ ਝੂਠ ਮਾਰਨ ਦੇ ਮਜ਼ਾਕ ਆਣ ਦੇ ਜੇ ਉਹ ਫਿਰ ਬਾਹਰ ਮੇਰੇ ਮਿਸੇ ਜਿਹੜੇ ਉਹ ਬਾਹਰ ਆ ਨਿਊਜ਼ੀਲੈਂਡ ਆ ਉਹ ਵੀ ਨਹੀਂ ਮੰਨਣ ਦੇ ਕੋਈ ਵੀ ਅੱਛਾ ਫੈਮਿਲੀ ਨਿਊਜ਼ੀਲੈਂਡ ਆ ਤੁਹਾਡੀ ਫੈਮਿਲੀ ਮੇਰੀ ਵਾਈਫ ਉਹ ਨਿਊਜ਼ੀਲੈਂਡ ਆ ਓਕੇ ਹਾਂਜੀ ਤਾਂ ਮੈਂ ਉਹ ਦੱਸਿਆ ਉਹਨਾਂ ਨੇ ਨਹੀਂ ਝੂਠ ਮਾਰਨ ਦੇ ਤੁਸੀਂ ਫਿਰ ਜੋ ਰਿਜ਼ਲਟ ਉਹਨਾਂ ਨੂੰ ਸੈਂਡ ਕੀਤਾ ਫਿਰ ਉਹਨਾਂ ਮੰਨਿਆ ਜਦੋਂ ਉਹ ਆਪਣੀ ਨਿਊਜ਼ ਤੇ ਆਇਆ ਹੁਣ ਭਾਜੀ ਕਿਵੇਂ ਦਾ ਇੱਕ ਹੋਊਗਾ ਕਿ ਇੱਕ ਪਲੈਨਿੰਗ ਹੁੰਦੀ ਹੈ ਨਾ ਕਿ ਇੱਕ ਤੇ ਵੈਸੇ ਹੀ ਇਹ ਅਨਪਲੈਨਡ ਪੈਸਾ ਇੱਕਦਮ ਆ ਗਿਆ ਲੇਕਿਨ ਇੱਕ ਮਨ ਦੇ ਵਿੱਚ ਹਮੇਸ਼ਾ ਹੀ ਇੱਕ ਚਾਹ ਹੁੰਦੀ ਹੈ ਕਿ ਇਹ ਪੈਸੇ ਨੂੰ ਵੈਸੇ ਮੇਰੀ ਗਵਰਨਮੈਂਟ ਜੋਬ ਵਧੀਆ ਸਰਕਲ ਚੱਲਣ ਰਿਹਾ ਫਿਰ ਵੀ ਇਹ ਪੈਸੇ ਨੂੰ ਚਲੋ ਬੱਚਿਆਂ ਦੇ ਫਿਊਚਰ ਤੇ ਲਾਵਾਂਗੇ ਉਹਨਾਂ ਨੂੰ ਵਧੀ ਮਦਰ ਆਪਣੇ ਫੈਮਿਲੀ ਦੇ ਖਰਚਾਂਗੇ ਹੋਰ ਲੋੜਵੰਦ ਦੀ ਮਦਦ ਵੀ ਕਰਾਂਗੇ ਜੀ ਤੁਹਾਡੇ ਮਦਰ ਫਾਦਰ ਕੀ ਕਰਦੇ ਫਾਦਰ ਮੇਰੇ ਐਕਸਪਾਇਰ ਹੋ ਗਏ ਮਦਰ ਮੇਰੇ ਹਾਊਸ ਵਾਈਫ ਨੇ ਬਾਕੀ ਮੈਂ ਵਧੀਆ ਫੈਮਿਲੀ ਜੋ ਹਾਂ ਬ੍ਰਦਰ ਮੇਰੇ ਇੱਕ USA ਆ ਤੇ ਮੇਰੇ ਵਾਈਫ ਜਿਹੜੇ ਉਹ ਨਿਊਜ਼ੀਲੈਂਡ ਆ ਤੇ ਹੁਣ ਲੋਕਾਂ ਦੇ ਵੀ ਫੋਨ ਆਉਂਦੇ ਪਏ ਮੈਂ ਵੇਖਦਾ ਮੈਂ ਫੋਨ ਤੇ ਸਾਇਲੈਂਟ ਤੇ ਬਹੁਤ ਜ਼ਿਆਦਾ ਫੋਨ ਆਉਂਦੇ ਜੀ ਮਤਲਬ ਉਹ ਤੇ ਫੈਮਿਲੀ ਦੇ ਵੀ ਆਉਂਦੇ ਆ ਸਾਡੇ ਕਲਾ ਮਤਲਬ ਫਰੈਂਡ ਸਰਕਲ ਚ ਵੀ ਆਉਂਦੇ ਆ ਸਟਾਫ ਮੈਂਬਰ ਵੀ ਸਾਰੇ ਕਰ ਰਹੇ ਆ ਸਾਰੇ ਵਧਾਈਆਂ ਦੇ ਰਹੇ ਸਵੇਰ ਦੇ ਫੋਨ ਆ ਰਹੇ ਆ ਬਿਲਕੁਲ ਤੁਹਾਨੂੰ ਲਾਟਰੀ ਸਟਾਲ ਵਾਲਿਆਂ ਨੇ ਵੀ ਮੂੰਹ ਮਿੱਠਾ ਕਰਾਇਆ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਕਿ ਕਿਵੇਂ ਲੱਗਦਾ ਪਿਆ ਭਾਜੀ ਕਿਵੇਂ ਦਾ ਇੱਕ ਜਿਵੇਂ ਇੱਕ ਰਿਜ਼ਲਟ ਜਦੋਂ ਨਿਕਲਦਾ 1 ਕਰੋੜ ਦਾ ਨਾਮ ਤੇ ਤੁਹਾਡੇ ਲਈ ਵੀ ਤੇ ਉਹ ਇੱਕ ਕਿਤੇ ਨਾ ਕਿਤੇ ਲੱਖਪਤੀ ਬਣਾਉਂਦਾ ਹੀ ਜਿਹੜਾ ਸਾਡਾ ਨਹੀਂ ਬਹੁਤ ਵਧੀਆ ਜੀ ਜਦੋਂ ਅੱਜ ਮੈਨੂੰ ਫੋਨ ਆਇਆ ਵਾ ਇਸੇ ਲਈ ਮੈਂ ਚੈੱਕ ਕੀਤਾ ਮੈਂ ਕਿਹਾ ਟਿਕਟ ਦੇਖਿਆ ਮੈਂ ਕਿਹਾ 1 ਕਰੋੜ ਦਾ ਨਾਮ ਮੈਂ ਨੰਬਰ ਚੈੱਕ ਕਰਕੇ ਫਿਰ ਫੋਨ ਕੀਤਾ ਮੈਂ ਕਿਹਾ ਇਸ ਤਰ੍ਹਾਂ ਦਾ ਨਾਮ ਮਿਲਿਆ 1 ਕਰੋੜ ਦਾ ਉਹ ਫਿਰ ਇਹਨਾਂ ਭਾਜੀ ਨੂੰ ਫੋਨ ਕੀਤਾ ਉਹਨੇ ਮੁੰਡੇ ਨੇ ਪਵਨ ਮੁੰਡਾ ਵਾ ਉਹ ਫਿਰ ਇਹਨਾਂ ਨੂੰ ਫੋਨ ਕਰਕੇ ਉਹਨੇ ਕਿਹਾ ਵੀ ਤੁਹਾਡਾ 1 ਕਰੋੜ ਦਾ ਨਾਮ ਲੱਗਾ ਫਿਰ ਮੇਰੀ ਭਾਜੀ ਨਾਲ ਗੱਲ ਕਰਾਈ ਮੈਂ ਵਧਾਈ ਦਿੱਤੀ ਇਹਨਾਂ ਨੂੰ ਭਾਜੀ ਨੂੰ ਪਿਛਲੇ ਸਾਲ ਵੀ ਸਾਡੇ ਕੋਲ ਨਾਮ ਲੱਗਾ ਵਾ ਤੇ ਉਦੋਂ ਵੀ 15 ਤਰੀਕ ਨੂੰ ਨਾਮ ਲੱਗਾ ਸੀ ਸਾਡਾ ਮੈਂ ਕਿਹਾ ਫਿਰ 15 ਤਰੀਕ ਨੂੰ ਨਾਮ ਲੱਗਾ 1 ਕਰੋੜ ਦਾ ਸਾਡੇ ਮਤਲਬ 15 ਤਰੀਕ ਤੁਹਾਡੀ ਇੱਕ ਲੱਕੀ ਡੇਟ ਹੋਊਗੀ ਲੱਕੀ ਡੇਟ ਹੈਗੀ ਹਾਂਜੀ ਤੇ ਜਦੋਂ ਇਹ ਇਨਾਮ ਜਿਵੇਂ ਇਹਨਾਂ ਦਾ ਨਿਕਲਿਆ ਤੇ ਕਿੱਦਾਂ ਕੈਸ਼ ਕਿਵੇਂ ਹੁੰਦਾ ਹੈ ਇਹ ਕੈਸ਼ ਕੋਈ ਦਿੱਕਤ ਨਹੀਂ ਹੈ ਇਹਦੀ ਲੁਧਿਆਣੇ ਟਿਕਟ ਜਮਾ ਹੋ ਜਾਣੀ ਏਜੰਸੀ ਜਿਹਨਾਂ ਦੀ ਕੰਪਨੀ ਚ ਇੱਕ ਮਹੀਨੇ ਤੋਂ ਪਹਿਲੇ ਪਹਿਲੇ ਪੇਮੈਂਟ ਆ ਜਾਣੀ ਇਹਨਾਂ ਦੇ ਅਕਾਊਂਟ ਚ
कोई करो बड़ी पेमेंट बहुत वधिया नागालैंड सरकार की बहुत जल्दी पेमेंट आती है। हाँ जी बिल्कुल तुसीं देखा तस्वीर दे विच एक करोड़पति बनाया एक बैंक क्लर्क नूं। और जे गल करिए उन्हां दी ते उन्हां दा कहना कि अपने एक बच्चियां दे परिवार दे चंगे भविख लिए इस पैसे नूं खर्च करनगे उहदे नाल नाल ही जिहड़ा लोड़वंदा दी मदद लई वी उह अगे आउणगे। कैमरा पर्सन विक्की दे नाल गुरप्रीत चावला जगबानी टीवी लई गुरदासपुर।